ਬਠਿੰਡਾ ਦੇ ਮਾਨਸਾ ਰੋਡ ਤੇ ਵੱਡਾ ਹਾਦਸਾ ਹੋਣ ਤੋਂ ਟਲਿਆ। ਗੈਸ ਸਿਲੰਡਰ ਦਾ ਭਰੇ ਟਰੱਕ ਦਾ ਪ੍ਰੈਸ਼ਰ ਹੋਇਆ ਲੀਕ, ਚੜ੍ਹਾਈ ਤੋਂ ਹੋਇਆ ਕਾਫੀ ਦੂਰੀ ਤੱਕ ਬੈਕ, ਕੋਈ ਹੋ ਸਕਦਾ ਸੀ ਵੱਡਾ ਹਾਦਸਾ। ਟ੍ਰੈਫਿਕ ਇੰਚਾਰਜ ਅਮਰੀਕ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਜਦੋਂ ਇੱਥੇ ਅੰਡਰਬ੍ਰਿਜ ਦੀ ਚੜ੍ਹਾਈ ਚੜ੍ਹ ਰਿਹਾ ਸੀ ਤਾਂ ਅਚਾਨਕ ਇਹਦਾ ਪ੍ਰੈਸ਼ਰ ਲੀਕ ਹੋ ਗਿਆ, ਜਿਸ ਦੇ ਨਾਲ ਇਹ ਬੈਕ ਹੋ ਗਿਆ। ਕਾਫੀ ਲੰਬੀ ਦੂਰੀ ਤੱਕ ਇਹ ਪਿੱਛੇ ਨੂੰ ਆਇਆ, ਪਿੱਛੇ ਇਹਦੇ ਹੋਰ ਵੀ ਬਹੁਤ ਸਾਰੀਆਂ ਗੱਡੀਆਂ ਆ ਰਹੀਆਂ ਸਨ, ਲੇਕਿਨ ਵੱਡਾ ਹਾਦਸਾ ਹੋਣ ਤੋਂ ਇੱਥੇ ਬਚਾ ਰਹਿ ਗਿਆ। ਅਗਰ ਇਹ ਟਰੱਕ ਪਲਟ ਜਾਂਦਾ ਤਾਂ ਕੋਈ ਵੱਡਾ ਹਾਦਸਾ ਹੋ ਸਕਦਾ ਸੀ, ਕੋਈ ਗੈਸ ਸਿਲੰਡਰ ਨੂੰ ਅੱਗ ਵੀ ਲਾ ਸਕਦੀ ਸੀ, ਕੋਈ ਗੈਸ ਸਿਲੰਡਰ ਫਟ ਵੀ ਸਕਦਾ ਸੀ। ਲੇਕਿਨ ਇੱਥੇ ਡਰਾਈਵਰ ਦੀ ਸੂਝਬੂਝ ਦੇ ਨਾਲ ਇਸ ਨੂੰ ਇੱਕ ਦੀਵਾਰ ਦੇ ਨਾਲ ਲਗਾਇਆ ਗਿਆ ਅਤੇ ਫਿਰ ਰੋਕਿਆ ਗਿਆ, ਕਿਉਂਕਿ ਇਹਦਾ ਪ੍ਰੈਸ਼ਰ ਲੀਕ ਹੋ ਗਿਆ ਸੀ ਅਤੇ ਇਸਦੇ ਨਾਲ ਕੋਈ ਵੱਡਾ ਹਾਦਸਾ ਹੋ ਸਕਦਾ ਸੀ, ਕਿਉਂਕਿ ਇੱਥੇ ਬਹੁਤ ਜ਼ਿਆਦਾ ਟ੍ਰੈਫਿਕ ਰਹਿੰਦਾ ਹੈ, ਕਿਉਂਕਿ ਵੱਡਾ ਹਾਦਸਾ ਹੋ ਸਕਦਾ ਸੀ। ਲੇਕਿਨ ਵੱਡਾ ਹਾਦਸਾ ਹੁਣ ਤੱਕ ਇੱਕ ਵਾਰੀ ਟਲ ਗਿਆ। ਅਗਰ ਇਹ ਟਰੱਕ ਜੋ ਆਪਣਾ ਪਲਟ ਜਾਂਦਾ ਤਾਂ ਹੋ ਸਕਦਾ ਕਿ ਇਸਦੇ ਅੰਦਰ ਜੋ ਸਿਲੰਡਰ ਭਰੇ ਸਨ ਉਹਨਾਂ ਦੇ ਵਿੱਚ ਕੋਈ ਸਿਲੰਡਰ ਫਟ ਜਾਂਦਾ ਅਤੇ ਕੋਈ ਵੱਡਾ ਹਾਦਸਾ ਹੋ ਸਕਦਾ ਸੀ। ਸਰ ਕੀ ਮਾਮਲਾ ਹੈ? ਕੀ ਇਹ ਨਾ ਇੱਕ ਸਿਲੰਡਰਾਂ ਦੀ ਭਰੀ ਹੋਈ ਗੱਡੀ ਹੈਗੀ, ਇਹਦਾ ਪ੍ਰੈਸ਼ਰ ਲੀਕ ਹੋਣ ਕਰਕੇ ਉਹ ਲਾਸਟ ਤੋਂ ਜਾ ਕੇ ਬੈਕ ਹੋ ਕੇ ਆਈ ਹੈ, ਜਿਹੜੀ ਕਿ ਫੁੱਟਪਾਥ ਦੇ ਉੱਪਰ ਚੜ ਗਈ, ਬਿਲਕੁਲ ਟੇਢੀ ਹੋਈ ਪਈ ਆ। ਇਹ ਇਹਦੇ ਬਰਾਬਰ ਇੱਕ ਅਸੀਂ ਗੱਡੀ ਹੋਰ ਲਵਾਈ ਹੈ ਤਾਂ ਜੋ ਕਿ ਆਮ ਪਬਲਿਕ ਲਈ ਰਸਤਾ ਬੰਦ ਕੀਤਾ, ਜੋ ਕੋਈ ਕਿਸੇ ਦਾ ਜਾਨੀ ਮਾਲ ਦਾ ਨੁਕਸਾਨ ਨਾ ਹੋ ਸਕੇ। ਸਕਦੀ ਜਾਂ ਹੋਰ ਨੁਕਸਾਨ ਹੋ ਸਕਦਾ ਸੀ? ਹਾਂ, ਜੇਕਰ ਪਲਟਦੀ ਤਾਂ ਕਿਸੇ ਦਾ ਜਾਨੀ ਮਾਲੀ ਨੁਕਸਾਨ ਵੀ ਹੋ ਸਕਦਾ ਸੀ। ਸਿਲੰਡਰਾਂ ਦੀ ਭਰੀ ਹੋਈ ਸੀ? ਸਿਲੰਡਰਾਂ ਦੀ ਭਰੀ ਹੋਈ ਹੈ, ਵੱਡਾ ਹਾਦਸਾ ਵੀ ਹੋ ਸਕਦਾ। ਹਾਂ, ਵੱਡਾ ਹਾਦਸਾ ਹੋ ਸਕਦਾ, ਜੇਕਰ ਸਿਲੰਡਰ ਫਟ ਜਾਂਦੇ ਤਾਂ ਕੋਈ ਨਾ ਕੋਈ ਜਾਨੀ ਨੁਕਸਾਨ ਵੀ ਹੁੰਦਾ, ਹਾਦਸਾ ਵੀ ਹੁੰਦਾ, ਇਸ ਕਰਕੇ ਆਹ ਰੋਡ ਅਸੀਂ ਬਲੌਕ ਕੀਤਾ ਹੋਇਆ। ਗੱਡੀਆਂ ਆ ਰਹੀਆਂ ਸੀਗੀਆਂ, ਉਹ ਚਲੋ ਮੁੰਡੇ ਨਾਲ ਸੀ, ਇਹਨਾਂ ਦੇ ਗੱਡੀ ਦੇ ਕਨੈਕਟਰ ਜਿਹੜੇ ਹੈਗੇ ਸੀ ਉਹ ਸਾਈਡ 'ਤੇ ਗੱਡੀਆਂ ਕਰਾਈ ਗਏ ਆ ਅਤੇ ਬੱਚਤ ਰਹਿ ਗਈ ਹੈਗੀ।